ਸਚਿਨ ਬੋਪਰ ਵਾਲਾ ਤੇ ਮਨਦੀਪ ਭਾਗਲ ਵਾਲਾ ਤੈਨੂੰ ਪਤਾ ਖਰਚੇ ਕਿੱਥੇ ਚੱਲਦੇ ਨੇ ਅੱਜ ਕੱਲ ਠੀਕ ਆਪਣੇ ਗਰੀਬ ਘਰੋਂ ਦੇ ਸਾਰੇ ਪਲੇਅਰ ਨੇ ਠੀਕ ਆ ਬਾਈ ਜਿਵੇਂ ਲੋਕਡਾਊਨ ਤੋਂ ਬਾਅਦ ਫਿਰ ਦੁਬਾਰਾ ਕਬੱਡੀ ਦੀ ਜਾਣੀ ਕਿ ਤੁਹਾਡੀ ਤਿਆਰੀ ਕਿਵੇਂ ਦੀ ਆਉਣ ਵਾਲੇ ਸੀਜ਼ਨ ਵਾਸਤੇ ਭਾਜੀ ਆਪਣੀ ਤਿਆਰੀ ਵਧੀਆ ਚੋਟ ਤੋਂ ਬਾਅਦ ਆਪਣੀ ਮਤਲਬ ਵਧੀਆ ਤਿਆਰੀ ਆਪਾਂ ਮੈਚ ਖੇਡੇ ਹਾਂ ਮਤਲਬ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਦੁਬਾਰੇ ਠੀਕ ਆਪਾਂ ਨਾ ਮਾੜੇ 'ਚ ਨਾ ਤਕੜੇ 'ਚ ਠੀਕ ਆਪਾਂ ਹੋ ਜਾਵਾਂਗੇ ਸੈੱਟ ਭਾਜੀ ਮੈਚ ਖੇਡ ਕੇ ਹੋਵਾਂਗੇ ਅਤੇ ਇਸ ਤੋਂ ਬਿਨਾਂ ਹੁਣ ਬਾਈ ਜੇ ਹੋਰ ਮੋਟੀ ਮੋਟੀ ਜੀ ਗੱਲ ਕਰੀ ਜਾਏ ਕਬੱਡੀ ਦੀ ਹੈ ਨਾ ਜੀ ਵੀ ਜਿਹੜਾ ਪਿੱਛੇ ਦੌਰ ਰਹਿ ਗਿਆ ਨਾ ਜੀ ਉਹ 'ਚ ਕਬੱਡੀ ਖਿਡਾਰੀਆਂ ਦਾ ਅਤੇ ਹੁਣ ਮੌਕੇ 'ਤੇ ਕਿੱਦਾਂ ਦਾ ਮਾਹੌਲ ਹੈਗਾ ਭਾਜੀ ਜਿਹੜਾ ਪਿੱਛੇ ਦੌਰ ਗਿਆ ਆਪਣਾ ਪਲੇਅਰਾਂ ਦਾ ਬਹੁਤ ਸਭ ਤੋਂ ਮਤਲਬ ਜਿਵੇਂ ਕਹਿ ਸਕਦਾ ਵੀ ਆਪਣੀ ਮੇਰੇ ਦਿਮਾਗ ਦੀ ਗੱਲ ਕਹਿੰਦਾ ਵੀ ਸਭ ਤੋਂ ਜ਼ਿਆਦਾ ਤਾਂ ਪ੍ਰਭਾਵ ਆਪਣਾ ਪਲੇਅਰਾਂ 'ਤੇ ਪਿਆ ਪਲੇਅਰਾਂ 'ਤੇ ਕਮੈਂਟਰਾਂ 'ਤੇ ਰੈਫਰੀਆਂ 'ਤੇ ਜਿਹੜੇ ਆਪਣੇ ਕਬੱਡੀ ਨਾਲ ਜਿਹੜੇ ਵੀ ਆਪਣੇ ਜੁੜੇ ਹੋਏ ਨੇ ਸਾਰੇ ਸਾਰਿਆਂ ਦੇ ਬਾਲੇ ਹੀ ਮਤਲਬ ਕਿ ਭਰਾ ਪਿਆ ਪਰ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਦੁਬਾਰੇ ਆਪਣੇ ਮੇਲੇ ਚੱਲ ਪਏ ਹੁਣ ਅੱਗੇ ਹੋਊਗਾ ਸਾਰਾ ਕੁਛ ਭਾਜੀ ਮੈਂ ਹਜੇ ਅੱਜ ਤੋੜੀ 5 ਮੋਟਰਸਾਈਕਲ ਲਿੱਤੇ ਆ ਅਤੇ ਐਲਈਡੀਆਂ ਮੁੰਦਰੀਆਂ ਅਤੇ ਕੈਸ਼ ਪ੍ਰਾਈਜ਼ ਕੱਪ ਕੁੱਪ ਸਾਰੇ ਜਿੱਤੇ ਪਏ ਅਤੇ ਬਾਈ ਹੁਣ ਜਿਵੇਂ ਮੰਨ ਲਓ ਇੱਕ ਤਾਂ ਹੁਣ ਕਬੱਡੀ ਦੇ ਵਿੱਚ ਤਾਂ ਸਾਰਿਆਂ ਨੂੰ ਪਤਾ ਹੀ ਹੈ ਨਾ ਵੀ ਕਾਲਾ ਕਿੱਦਾਂ ਭੱਜ ਭੱਜ ਕੇ ਪੈਂਦਾ ਰੇਡਰਾਂ ਨੂੰ ਉਸ ਤੋਂ ਬਿਨਾਂ ਜੇ ਆਪਾਂ ਆਮ ਜ਼ਿੰਦਗੀ 'ਚ ਕਰੀਏ ਉਹਦੇ 'ਚ ਕਾਲਾ ਕਿੱਦਾਂ ਦਾ ਹੈਗਾ ਜੀ ਉਹ ਤਾਂ ਤੈਨੂੰ ਪਤਾ ਭਾਜੀ ਮੈਚ ਦੀ ਗੱਲਾਂ ਹੁੰਦੀਆਂ ਨੇ ਹਾਂਜੀ ਚਲੋ ਆਪਣੇ ਸਭ ਕੁਛ ਕਰਨਾ ਪੈਂਦਾ ਆਮ ਦਾ ਭਾਜੀ ਆਪਾਂ ਬੈਸਟ ਨੂੰ ਪਾ ਦਈਏ ਜਿਹੇ ਜਿਹੇ ਹੈਗੇ ਆ ਨਹੀਂ ਫਿਰ ਵੀ ਜਾਨੀ ਕਿ ਜਿਹੜੇ ਆਪਣੇ ਘਰੇਲੂ ਸ਼ੌਂਕ ਹੁੰਦੇ ਨੇ ਨਾ ਇੱਕ ਕਬੱਡੀ ਤੋਂ ਬਿਨਾਂ ਜਾਨੀ ਕਿ ਨਹੀਂ ਆਪਣਾ ਕੋਈ ਕਬੱਡੀ ਤੋਂ ਬਗੈਰ ਭਾਜੀ ਆਪਣਾ ਕੋਈ ਸ਼ੌਂਕ ਨਹੀਂ ਹੈਗਾ ਕਬੱਡੀ ਆਪਣਾ ਕਬੱਡੀ ਹੈ ਬਸ ਬਾਕੀ ਆਪਣਾ ਜਿੰਨੀ ਪਬਲਿਕ ਆ ਭਾਜੀ ਆਪਣੀ ਜਿਹੜੀ ਸਾਧ ਸੰਗਤ ਆਪਣੀ ਸਾਰੀ ਬਹੁਤ ਪਿਆਰ ਕਰਦੀ ਆ ਆਪਾਂ ਕਿਸੇ ਨਾਲ ਆਪਾਂ ਨਹੀਂ ਹੈਗੇ ਵੀ ਆਪਾਂ ਕਿਸੇ ਵੀ ਗੱਡੀ ਕੋਲ ਕੋਈ ਆ ਗਿਆ ਫੋਟੋ ਖਿਚਵਾਉਣ ਆ ਗਿਆ ਕੋਈ ਐਵੇਂ ਮਿਲਣ ਆ ਗਿਆ ਕਿਉਂਕਿ ਹਾਂ ਪਿਆਰ ਨਾਲ ਗੱਲ ਕਰਦੇ ਹਾਂ ਆਪਾਂ ਉਹ ਵੀ ਪਿਆਰ ਨਾਲ ਕਰਦੇ ਹਾਂ ਸਾਰੋ ਆਪਾਂ ਇਹ ਨਹੀਂ ਹੈਗਾ ਆਪਾਂ ਪਰਿਵਾਰ ਸਮਝਦੇ ਹਾਂ ਆਪਾਂ ਤਿਆਰੀ ਵਧੀਆ ਭਾਜੀ ਦੇਖੋ ਆਪਾਂ ਜ਼ੋਰ ਮਾਰ ਸਕਦੇ ਹਾਂ ਬਾਕੀ ਆਪਣੇ ਵਾਹਿਗੁਰੂ ਦੀ ਕਿਰਪਾ ਵੀ ਤੇ ਤੁਹਾਡਾ ਮੈਚ ਹੋ ਗਿਆ ਕਿ ਜੋ ਹੋਣਾ ਨਹੀਂ ਭਾਜੀ ਹੋਣਾ ਸਾਡਾ ਸਾਨੂੰ ਮੈਨੂੰ ਲੱਗਦਾ ਫਸਟ ਰਾਊਂਡ 'ਚ ਸਾਨੂੰ ਬਾਈ ਹੋਣੀ ਸੈਕਿੰਡ ਰਾਊਂਡ ਦਾ ਮੈਚ ਹੋਣਾ ਸਾਡਾ ਹੁਣ ਟਾਈਆਂ ਪੈਣੀਆਂ ਚਲੋ ਚੰਗਾ ਬਾਈ ਯਾਨੀ ਕਿ ਆਉਣ ਵਾਲੇ ਸਾਰੇ ਸੀਜ਼ਨ ਵਾਸਤੇ ਵੀ ਤੇ ਅੱਜ ਵਾਲੇ ਮੈਚ ਵਾਸਤੇ ਤੁਹਾਨੂੰ ਬੈਸਟ ਆਫ ਲੱਕ ਠੀਕ ਹੈ ਜੀ ਧੰਨਵਾਦ ਭਾਜੀ ਤੁਹਾਡਾ ਵੀ ਬਹੁਤ ਬਹੁਤ ਸਾਂਝ ਪੰਜਾਬ ਵਾਲੇ ਆਪਣੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਭਾਜੀ ਤੁਸੀਂ ਬਹੁਤ ਸਾਡਾ ਆਪਦੇ ਯਾਨੀ ਪਹਿਲੀ ਖੇਡ ਸੋਸ਼ਲ ਮੀਡੀਆ ਤੇ ਚੱਲਦੇ ਤੁਹਾਡੇ ਨਾਲ ਹੀ ਸਾਡਾ ਚੱਲਦਾ ਭਾਜੀ ਹਾਂਜੀ ਧੰਨਵਾਦ ਹਾਂਜੀ ਦੋਸਤੋ ਬਾਕੀ ਹੋਰ ਵੀ ਇੱਥੇ ਬਹੁਤ ਸਾਰੇ ਖਿਡਾਰੀ ਪਹੁੰਚੇ ਹੋਏ ਨੇ ਜਿਵੇਂ ਬਾਈ ਕੁਲਵੀਰ ਜਟਾਣਾ ਹੈਗਾ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਉਂਦੇ ਹਾਂਗੇ ਆਜੋ ਹਾਂਜੀ ਕੁਲਵੀਰ ਵੀਰੇ ਕੀ ਹਾਲ ਚਾਲ ਨੇ ਵਧੀਆ ਜੀ ਵਧੀਆ ਹਾਂਜੀ ਤੇ ਕਿਹੜੇ ਟੀਮ ਵੱਲੋਂ ਖੇਡਦੇ ਤੁਸੀਂ ਅੱਜ ਮੈਂ ਅੱਜ ਹਰੀਗੜ੍ਹ ਕਿੰਗ ਕਨੇਡੀਅਨ ਜੀ ਕਾਲੇ ਨਾਲ ਖੇਡਦੇ ਹਾਂ ਹਾਂਜੀ ਤੇ ਵੀਰੇ ਹੁਣ ਯਾਨੀ ਕਿ ਲੋਕਡਾਊਨ ਤੋਂ ਬਾਅਦ ਜਿਹੜੇ ਮੈਚ ਦੁਬਾਰਾ ਸ਼ੁਰੂ ਹੋਏ ਨੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈਗਾ ਜੀ ਵਧੀਆ ਹੀ ਹੈ ਮੈਚ ਚੱਲੇ ਨੇ ਵਧੀਆ ਲੱਗ ਰਿਹਾ ਜੀ ਹਾਂਜੀ ਕਿੱਦਾਂ ਦੀ ਤਿਆਰੀ ਹੈ ਫਿਰ ਕਲਵੀਰ ਦੀ ਤਿਆਰੀ ਵਧੀਆ ਜੀ ਵਧੀਆ ਯਾਨੀ ਕਿ ਪਿਛਲੇ ਸੀਜ਼ਨ ਵਾਂਗੂ ਵੱਤ ਕਰਾਉਂਗੇ ਪੂਰੀ ਫਿਰ ਜੀ ਹਾਂ ਵਧੀਆ ਖੇਡਾਂਗੇ ਜੀ ਹਾਂਜੀ ਤੇ ਹੋਰ ਕੋਈ ਨਵੀਂ ਗੱਲਬਾਤ ਜੀ ਨਵੀਂ ਕੁਛ ਨਹੀਂ ਵਧੀਆ ਸੈੱਟ ਹੈ ਜੀ ਬਸ ਯਾਰ ਦੇਖ ਇੱਧਰ ਦੇਖੋ ਦੋਸਤੋ ਜਿਹੜਾ ਆਪਣਾ ਕਲਵੀਰ ਬਾਈ ਹੈ ਨਾ ਬੋਡਨ ਵੇਲੇ ਬਹੁਤ ਸੰਗ ਰਿਹਾ ਹੈਗਾ ਨਾ ਗਰਾਊਂਡਾਂ 'ਚ ਜਦੋਂ ਜੱਫੇ ਲਾਉਂਦਾ ਉਦੋਂ ਤਾਂ ਪੂਰੀ ਅੱਤ ਕਰਾਈ ਹੁੰਦੀ ਹੈ ਪਰ ਹੁਣ ਕਿਤੇ ਨਾ ਕਿਤੇ ਯਾਨੀ ਕਿ ਥੋੜ੍ਹਾ ਜਿਹਾ ਫੀਲ ਕਰ ਰਹੇ ਨੇ ਐਵੇਂ ਨਾ ਕਰੋ ਇਹ ਦੱਸੋ ਵੀ ਹੁਣ ਜਿਵੇਂ ਤੁਸੀਂ ਪਿਛਲੀ ਵਾਰੀ ਭਗਵਾਨਪੁਰ ਵੱਲੋਂ ਖੇਡ ਰਹੇ ਸੀ ਨਾ ਸ਼ਾਇਦ ਤੁਸੀਂ ਹਾਂਜੀ ਹਾਂਜੀ ਭਗਵਾਨਪੁਰ ਤੇ ਇਸ ਵਾਰੀ ਕਿੱਧਰੋਂ ਖੇਡੋਗੇ ਅਕੈਡਮੀ ਤੋਂ ਭਗਵਾਨਪੁਰ ਭਗਵਾਨਪੁਰ ਵੱਲੋਂ ਖੇਡੋਗੇ ਹਾਂਜੀ ਹਾਂਜੀ ਚਲੋ ਫਿਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਵਾਸਤੇ ਟਾਈਮ ਕੱਢਿਆ ਓਕੇ ਹਾਂਜੀ ਵੀਰੇ ਕੀ ਹਾਲ ਚਾਲ ਨੇ ਜੀ ਵਧੀਆ ਵੀਰੇ ਤੇ ਵੀਰੇ ਕਿਹੜੀ ਟੀਮ ਵੱਲੋਂ ਖੇਡਣਾ ਹੈ ਤੁਸੀਂ ਇੱਥੇ ਬਈ ਡੜਬਾ ਪਿੰਡ 'ਚ ਡੜਬਾ ਪਿੰਡ 'ਚ ਹੈ ਜੀ ਤੇ ਕਿੱਦਾਂ ਦਾ ਯਾਨੀ ਕਿਹੜੀ ਲੋਕਡਾਊਨ ਤੋਂ ਬਾਅਦ ਵੀਰੇ ਫਿਰ ਕਬੱਡੀ ਸ਼ੁਰੂ ਹੋਣ ਲੱਗੀ ਹੈ ਕਿਵੇਂ ਦਾ ਮਹਿਸੂਸ ਹੋ ਰਿਹਾ ਜੀ ਹਾਂਜੀ ਵੀਰੇ ਵਧੀਆ ਲੱਗ ਰਿਹਾ ਲੋਕਡਾਊਨ ਤੋਂ ਬਾਅਦ ਖੇਡਣ ਦਾ ਮੌਕਾ ਮਿਲਦੇ ਆ ਮੈਚ ਸ਼ੁਰੂ ਹੋ ਗਏ ਸਾਰੇ ਮੈਚ ਚੱਲੇ ਜਾਂਦੇ ਆ ਹਾਂਜੀ ਹਾਂਜੀ ਪਹਿਲਾਂ ਸਾਰੇ ਕੰਮ ਖੜ ਗਏ ਸੀ ਬਈ ਵਧੀਆ ਹੁਣ ਸਾਰੇ ਨਾਲੇ ਰੇੜੀ ਰੂੜੀ ਵਾਲੇ ਸਾਰੇ ਬੰਦੇ ਰੁਜ਼ਗਾਰ ਜਾਂਦੇ ਰਹੇ ਬਈ ਵਧੀਆ ਹਾਂਜੀ ਹਾਂਜੀ ਤੇ ਹੋਰ ਵੀਰੇ ਅੱਜ ਤੁਹਾਡੇ ਵੱਲੋਂ ਯਾਨੀ ਕਿ ਆਪਣੀ ਟੀਮ ਵੱਲੋਂ ਕੌਣ ਕੌਣ ਖੇਡੂਗਾ ਬਾਹਰੋਂ ਪਲੇਅਰ ਜੀ ਸਾਡੇ ਵੀ ਮੈਂ ਖੇਡੀ ਜਾਂਦਾ ਇੱਕ ਨੰਬਰਦਾਰ ਆਪਣੇ ਇੱਕ ਜੌਲੀ ਅਪੜੂ ਵਾਲਾ ਹਾਂਜੀ ਹਾਂਜੀ ਅੱਛਾ ਜੀ ਚਲੋ ਯਾਨੀ ਕਿ ਵਧੀਆ ਟੀਮ ਬਣੀ ਹੋਈ ਹੈ ਜੀ ਹਾਂ ਠੀਕ ਹੈ ਜੀ